ਜੀਤ ਮੇਰੇ ਸਜਣੋ ਤੇ ਮਿੱਤਰੋ ਅੱਜ ਅਸੀਂ ਬਕਾਇਦਾ ਟੋਪੋਗ੍ਰਾਫੀ ਦਾ ਇੱਕ ਰੂਟ ਡਰਾ ਕਰਾਂਗੇ ਇਹ ਮੈਂ ਪੰਜਾਬੀ ਦੇ ਵਿੱਚ ਸਾਰੀ ਗੱਲ ਤੁਹਾਨੂੰ ਸਮਝਾਵਾਂਗਾ ਲੇਕਿਨ ਇੱਕ ਗੱਲ ਯਾਦ ਰੱਖਿਆ ਜੇ ਕਿ ਇਹਦੀ ਜਿਹੜੀ ਟਰਮੀਨਾਲੋਜੀ ਹੈ ਨਾ ਉਹ ਮੈਂ ਚੇਂਜ ਨਹੀਂ ਕਰਾਂਗਾ ਜੇ ਉਹਨੂੰ ਵੀ ਮੈਂ ਪੰਜਾਬੀ ਦੇ ਵਿੱਚ ਕਰ ਦਿੱਤਾ ਨਾ ਫਿਰ ਐਗਜ਼ਾਮ ਦੇ ਵਿੱਚ ਤੁਹਾਨੂੰ ਕੁਝ ਮੁਸ਼ਕਲ ਆ ਸਕਦੀ ਹੈ ਲਿਹਾਜ਼ਾ ਟਰਮੀਨਾਲੋਜੀ ਮੈਂ ਉਹੀ ਆਖਾਂਗਾ ਜਿਹੜੀ ਐਗਜ਼ਾਮ ਦੇ ਵਿੱਚ ਯੂਜ਼ ਹੁੰਦੀ ਹੈ ਠੀਕ ਹੈ ਤੇ ਨਾਲੇ ਇਹਦੇ ਵਿੱਚ ਥੋੜੀ-ਥੋੜੀ ਅੰਗਰੇਜ਼ੀ ਦੇ ਲਫ਼ਜ਼ ਵੀ ਇਸਤੇਮਾਲ ਮੈਂ ਕਰਾਂਗਾ ਤਾਂ ਕਿ ਤੁਹਾਨੂੰ ਬਿਲਕੁਲ ਇਹ ਨਾ ਹੋਏ ਕਿ ਪੰਜਾਬੀ ਦੇ ਵਿੱਚ ਤੇ ਟਰਮੀਨੋਲੋਜੀ ਤੇ ਅੰਗਰੇਜ਼ੀ ਤਾਂ ਥੋੜਾ ਇਹਨਾਂ ਮਿਕਸ ਕਰਾਂਗੇ ਤੇ ਜ਼ਿਆਦਾ ਅੱਛੇ ਤਰੀਕੇ ਨਾਲ ਤੁਹਾਨੂੰ ਸਮਝ ਆਏਗੀ ਤੇ ਅਸੀਂ ਇਹ ਰੂਟ ਡਰਾ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਨਾ ਕੁਝ ਟਿਪਸ ਦਿਆਂਗਾ ਇਹਨਾਂ ਟਿਪਸ ਨੂੰ ਤੁਸੀਂ ਧਿਆਨ ਦੇ ਨਾਲ ਤੇ ਤਵੱਜੋ ਦੇ ਨਾਲ ਸੁਣਨਾ ਤੇ ਇਹਨਾਂ ਨੂੰ ਵੌਰ ਕਰਨਾ ਹੈ ਇਹਨਾਂ ਦੇ ਉੱਤੇ ਕਿਉਂਕਿ ਇਹ ਹਰ ਰੂਟ ਦੇ ਉੱਤੇ ਲਾਗੂ ਹੋਣਗੀਆਂ ਸਭ ਤੋਂ ਪਹਿਲੀ ਗੱਲ ਐਵੇਂ ਕਿ ਜਿਸ ਵੇਲੇ ਤੁਸੀਂ ਰੂਟ ਡਰਾ ਕਰਨਾ ਸ਼ੁਰੂ ਕਰਨਾ ਹੈ ਤੇ ਇਕਦਮ ਹੀ ਉਹਨੂੰ ਸਟਾਰਟ ਕਰਨਾ ਨਹੀਂ ਸ਼ੁਰੂ ਕਰਨਾ ਪਹਿਲੇ ਤੁਸੀਂ ਉਹ ਕੁਐਸਚਨ ਨੂੰ ਗੌਰ ਦੇ ਨਾਲ ਪੜ੍ਹਨਾ ਹੈ ਬਾਅਦ ਦਫਾ ਕੁਐਸਚਨ ਐਸਾ ਹੁੰਦਾ ਹੈ ਕਿ ਉਹ ਕਿਆ ਹੁੰਦਾ ਉਹਨੇ ਕਿ ਇਹ ਰੂਟ ਜਿਹੜਾ ਐਸਾ ਬਣਾਣਾ ਹੈ ਇਹਦੇ ਵਿੱਚ ਦਰਮਿਆਨ ਇਹ ਜਿਹੜੀ ਸੜਕ ਆਏਗੀ ਨਾ ਉਹ ਬੰਦ ਹੈ ਵੇ ਲੇਕਿਨ ਉਹ ਸੜਕ ਬੰਦ ਜਿਹੜੀ ਹੈ ਉਹ ਤੁਹਾਨੂੰ ਨਕਸ਼ੇ 'ਚ ਹਰਗੇਜ਼ ਤੁਹਾਨੂੰ ਦਿਖਾਣਗੇ ਨਹੀਂ ਤੇ ਜਦੋਂ ਤੱਕ ਅਗਰ ਤੁਸੀਂ ਕੁਐਸਚਨ ਹੀ ਨਾ ਪੜਿਆ ਤੇ ਉਸ ਉਸ ਸੜਕ ਦੇ ਦਰਮਿਆਨ ਜੇ ਤੁਸੀਂ ਗੁਜ਼ਰ ਗਏ ਤੇ ਤੁਹਾਨੂੰ ਜ਼ੀਰੋ ਨੰਬਰ ਮਿਲੇਗਾ ਤੇ ਇਹ ਚੀਜ਼ ਜ਼ਿਹਨ ਵਿੱਚ ਰੱਖੋ ਕਿ ਕੁਐਸਚਨ ਪੜਨਾ ਬਹੁਤ ਜ਼ਰੂਰੀ ਹੈ ਪਹਿਲੇ 15 20 25 ਸੈਕਿੰਡ ਉਸ ਤੋਂ ਬਾਅਦ ਤੁਸੀਂ ਉਹਨੂੰ ਪਲਾਨ ਕਰਨ ਤੇ ਲਾਣਾ ਹੈ ਕਿ ਮੈਂ ਕਿਹੜਾ ਰਸਤਾ ਇਖਤਿਆਰ ਕਰਨਾ ਹੈ ਤੇ ਜਿਹੜਾ ਰਸਤਾ ਇਖਤਿਆਰ ਕਰਨਾ ਹੈ ਨਾ ਉਹ ਸ਼ਾਰਟੈਸਟ ਰੂਟ ਹੋਣਾ ਚਾਹੀਦਾ ਹੈ ਮਸਲਨ ਇਹ ਦੇਖੋ ਨਾ ਇਹਦੇ ਵਿੱਚ ਪਹਿਲੇ ਤੁਸੀਂ ਸਭ ਤੋਂ ਇਹ ਦੇਖਣਾ ਹੈ ਕਿ ਤੁਸੀਂ ਸਟਾਰਟ ਕਿੱਥੋਂ ਕਰਨਾ ਹੈ ਤੇ ਐਂਡ ਕਿੱਥੇ ਕਰਨਾ ਹੈ ਇਹ ਜਿਹੜਾ ਸਟਾਰਟਿੰਗ ਪੁਆਇੰਟ ਹੁੰਦਾ ਹੈ ਤੇ ਐਂਡ ਪੁਆਇੰਟ ਇਹ ਤੁਹਾਨੂੰ ਦਿੱਤਾ ਗਿਆ ਹੁੰਦਾ ਹੈ ਮਸਲ ਇਹ ਜਿਹੜਾ ਗ੍ਰੀਨ ਹੁੰਦਾ ਹੈ ਨਾ ਹਰਾ ਇਹ ਸਟਾਰਟਿੰਗ ਪੁਆਇੰਟ ਹੁੰਦਾ ਹੈ ਹਮੇਸ਼ਾ ਤੇ ਜਿਹੜਾ ਸੁਰਖ ਜਾਂ ਰੈੱਡ ਜਿਹੜਾ ਹੁੰਦਾ ਹੈ ਨਾ ਇਹ ਹਮੇਸ਼ਾ ਐਂਡ ਪੁਆਇੰਟ ਜਾਂ ਟਰਮੀਨੇਟਿੰਗ ਪੁਆਇੰਟ ਹੁੰਦਾ ਹੈ ਤੇ ਪਹਿਲੇ ਤੇ ਤੁਸੀਂ ਇਹਨੂੰ ਹੀ ਖਿਆਲ ਰੱਖਣਾ ਹੈ ਕਿ ਗ੍ਰੀਨ ਤੋਂ ਰੈੱਡ ਵੱਲ ਜਾਣਾ ਹੈ ਤੇ ਜੇ ਅਗਰ ਤੁਸੀਂ ਰੈੱਡ ਤੋਂ ਗ੍ਰੀਨ ਵੱਲ ਆ ਗਏ ਨਾ ਤੇ ਜ਼ੀਰੋ ਨੰਬਰ ਨੇ ਤੇ ਪਹਿਲੀ ਗੱਲ ਤੇ ਇਹ ਆਈਡੈਂਟੀਫਾਈ ਕਰਨਾ ਹੈ ਕਿ ਸਟਾਰਟ ਕਿੱਥੋਂ ਕਰਨਾ ਹੈ ਤੇ ਖਤਮ ਕਿੱਥੇ ਕਰਨਾ ਹੈ ਫਿਰ ਅਗਲੀ ਜਿਹੜੀ ਗੱਲ ਹੈ ਉਹ ਇਹ ਹੋਏਗੀ ਕਿ ਕਿਹੜੇ ਰਸਤੇ ਵੱਲੋਂ ਜਾਣਾ ਹੈ ਮਤਲਬ ਇਧਰੋਂ ਇਧਰ ਜਾਣ ਦੇ ਕਈ ਰਸਤੇ ਹੋ ਸਕਦੇ ਨੇ ਨਾ ਮਗਰ ਤੁਸੀਂ ਉਹ ਰਸਤਾ ਇਖਤਿਆਰ ਕਰਨਾ ਹੈ ਜਿਹੜਾ ਕਿ ਕੀ ਹੋਏਗਾ ਜਿਹੜਾ ਕਿ ਘਟ ਤੋਂ ਘਟ ਜਿਹਦੇ ਵਿੱਚ ਫਾਸਲਾ ਤੈਅ ਕਰਨਾ ਪਵੇ ਇੱਕ ਗੱਲ ਯਾਦ ਰੱਖਣਾ ਕਿ ਇਹ ਸ਼ਾਰਟੈਸਟ ਰੂਟ ਦੀ ਗੱਲ ਹੋ ਰਹੀ ਹੈ ਫਾਸਟੈਸਟ ਰੂਟ ਦੀ ਗੱਲ ਨਹੀਂ ਹੋ ਰਹੀ ਕਿ ਕਿੰਨਾ ਜਲਦੀ ਪਹੁੰਚਣਾ ਹੈ ਇਸ ਤਰ੍ਹਾਂ ਨਹੀਂ ਅਸੀਂ ਕਰਨਾ ਅਸੀਂ ਦੇਖਣਾ ਹੈ ਕਿ ਜਿਹਦੇ ਵਿੱਚ ਦੋ ਪੁਆਇੰਟਸ ਦੇ ਦਰਮਿਆਨ ਘੱਟ ਤੋਂ ਘੱਟ ਫਾਸਲਾ ਹੋਵੇ ਅੱਛਾ ਨਾਲ ਹੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿਆਂ ਕਿ ਇਹ ਜਿਹੜੀ ਨਾਲ ਵੀਡੀਓ ਕਾਰਨਰ ਤੇ ਆ ਰਹੀ ਹੈ ਨਾ ਇਹ ਉਦੋਂ ਤੱਕ ਆਏਗੀ ਜਦੋਂ ਤੱਕ ਤੁਹਾਨੂੰ ਮੈਂ ਨਾ ਟਿਪਸ ਦੇ ਰਿਹਾ ਹਾਂ ਜਿਵੇਂ ਮੈਂ ਤੁਹਾਨੂੰ ਅੱਗੇ ਇਸ ਤੋਂ ਅਗਲੀ ਗੱਲ ਕਰਾਂਗਾ ਨਾ ਬਾਕਾਇਦਾ ਰੂਟ ਡਰਾ ਕਰਾਂਗੇ ਉਸ ਉਦੋਂ ਮੈਂ ਇਹ ਜਿਹੜੀ ਵੀਡੀਓ ਹੈ ਇਹਨੂੰ ਖਤਮ ਕਰ ਦੇਵਾਂਗਾ ਲਿਆਦਾ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਘਬਰਾਣਾ ਬਿਲਕੁਲ ਹੀ ਨਹੀਂ ਹੈ अच्छा اس ਤੋਂ ਬਾਅਦ ਅਗਲਾ ਜਿਹੜਾ ਤੁਸੀਂ ਖਿਆਲ ਰੱਖਣਾ ਨਾ ਉਹ ਇਹ ਹੈ ਕਿ ਇਹਦੇ ਵਿੱਚ ਇੱਕ ਬੜੀ ਬੁਨਿਆਦੀ ਗੱਲ ਹੈ ਯਾਦ ਰੱਖੋ ਕਿ ਜਿਸ ਤਰ੍ਹਾਂ ਤੁਸੀਂ ਰੋਜ਼ਮਰਹ ਜ਼ਿੰਦਗੀ ਦੇ ਵਿੱਚ ਗੱਡੀ ਚਲਾਉਂਦੇ ਹੋ ਨਾ ਜਿਹੜੇ ਕਾਨੂੰਨਾਂ ਦਾ ਜਿਹੜੇ ਅਸੂਲਾਂ ਦਾ ਖਿਆਲ ਰੱਖਦੇ ਹੋ ਸਾਰੇ ਉਹੀ ਕਾਨੂੰਨ ਨੇ ਸਾਰੇ ਉਹੀ ਅਸੂਲ ਨੇ ਮਸਲਨ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਲੈਫਟ ਸਾਈਡ ਤੇ ਖੱਬੇ ਪਾਸੇ ਰੱਖ ਕੇ ਚਲਾਉਂਦੇ ਹੋ ਇਹਦੇ ਵਿੱਚ ਖਿਆਲ ਰੱਖਣਾ ਹੈ ਕਿ ਸੜਕ ਦੇ ਖੱਬੇ ਪਾਸੇ ਗਿਆਣਾ ਤੁਸੀਂ ਕੋਈ ਇਲੀਗਲ ਮੈਨੂਵਰ ਨਹੀਂ ਕਰਨਾ ਇਲੀਗਲ ਮੈਨੂਵਰ ਤੋਂ ਕੀ ਮਰਾਦ ਹੈ ਵੇ ਮਸਲ ਨਹੀਂ ਕਹੇ ਵੇ ਕਿ ਅਗਰ ਵਨ ਵੇ ਵੇ ਤੋਂ ਦੀ ਖਿਲਾਫ ਵਰਦੀ ਨਹੀਂ ਕਰਨੀ ਉਧਰੋਂ ਐਧਰ ਨਹੀਂ ਆਣਾ ਐਧਰੋਂ ਹੀ ਉਧਰ ਤੁਸੀਂ ਜਾਣਾ ਅਗਰ ਦਰਮਿਆਨ ਵਿੱਚ ਕੋਈ ਬੈਰੀਅਰ ਹੈ ਵੇ ਤੇ ਬੈਰੀਅਰ ਨੂੰ ਤੁਸੀਂ ਕਰਾਸ ਨਹੀਂ ਕਰਨਾ ਗੱਡੀ ਗੱਡੀ ਦੇ ਤੇਰੀ ਤੁਸੀਂ ਕਦੀ ਬੈਰੀਅਰ ਨੂੰ ਕਰਾਸ ਕਰ ਸਕਦੇ ਹੋ ਕਦੀ ਵੀ ਨਹੀਂ ਇੱਥੇ ਵੀ ਅਗਰ ਰੋਡ ਦੇ ਦਰਮਿਆਨ ਕੋਈ ਬੈਰੀਅਰ ਹੈ ਵੇ ਤੇ ਕਦੀ ਉਹਨੂੰ ਕਰਾਸ ਨਹੀਂ ਕਰਨਾ ਠੀਕ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈ ਤੇ ਇੱਕ ਬੜੀ ਅਹਿਮ ਚੀਜ਼ ਕਿ ਇਹ ਜਿਹੜੇ ਮੈਪ ਨੇ ਨਾ ਇਹ टीएसएल ਨੇ ਜਿਹਦੇ ਜ਼ਰੀਏ ਤੁਹਾਨੂੰ ਕੋ ਨੂੰ ਐਗਜ਼ਾਮ ਲੈਣਾ ਹੈ ਨਾ ਇਹਨਾਂ ਦਾ ਗੂਗਲ ਮੈਪ ਦੇ ਨਾਲ ਕੋਈ ਤਾਲੁਕ ਨਹੀਂ ਬਾਅਦ ਲੋਕੀ ਮਤਲਬ ਬਾਅਦ ਲੋਕੀ ਐਸਾ ਸਮਝ ਦੇਣੇ ਜਾਂ ਐਸਾ ਕਰਨਗੇ ਕਿ ਇੱਕ ਰੂਟ ਜਿਹੜਾ ਉਹਨੂੰ ਚੈੱਕ ਕਰਨਾ ਗੂਗਲ ਮੈਪ ਦੇ ਜ਼ਰੀਏ ਚੈੱਕ ਕਰ ਲਓ ਜ਼ਰੂਰੀ ਨਹੀਂ ਕਿ ਗੂਗਲ ਮੈਪ ਤੁਹਾਨੂੰ ਉਹੀ ਰੂਟ ਦੱਸੇ ਜਿਹੜਾ ਇੱਥੇ ਬਣ ਸਕਦਾ ਹੈ ਉਹਦੀ ਵਜ੍ਹਾ ਹੈ ਵੇ ਕਿ ਇਹ ਐਂਡ 3F ਇਹ ਲੈਂਦਾ ਹੈ ਕਿ ਜਿਹੜਾ ਉਹਨੇ ਮੈਪ ਦਿੱਤਾ ਹੈ ਤੁਸੀਂ ਉਹਦੇ ਮੁਤਾਬਕ ਰੂਟ ਇਖਤਿਆਰ ਕਰਨਾ ਹੈ ਠੀਕ ਹੈ ਮਸਲਨ ਐ ਰੂਟ ਦੇ ਵਿੱਚ ਇਸ ਮੈਪ ਦੇ ਵਿੱਚ ਅਗਰ ਇੱਕ ਰੋਡ ক্লোਜ਼ਡ ਹੈ ਨਜ਼ਰ ਆ ਰਹੀ ਹੈ ਬੇਸ਼ੱਕ ਗੂਗਲ ਮੈਪ ਦੇ ਵਿੱਚ ਉਹ ਰੋਡ ক্লোਜ਼ ਨਹੀਂ ਗੂਗਲ ਮੈਪ ਤੁਹਾਨੂੰ ਅਲਾਉ ਕਰ ਰਿਹਾ ਹੋਵੇ ਲੇਕਿਨ ਇਹ ਮੈਪ ਤੁਹਾਨੂੰ ਉਧਰ ਜਾਣ ਤੋਂ ਅਲਾਉ ਨਹੀਂ ਕਰ ਰਿਹਾ ਤੇ ਜੇ ਤੁਸੀਂ ਗੂਗਲ ਨੂੰ ਫਾਲੋ ਕਰਦੇ ਹੋ ਆਂ ਉਹਦੇ ਤੁਸੀਂ ਚਲੇ ਜਾਤੇ ਤੁਹਾਨੂੰ ਜ਼ੀਰੋ ਨੰਬਰ ਮਿਲਣਗੇ ਬਸ ਸਿੱਧੀ ਜੀ ਗੱਲ ਹੈ ਯਾਦ ਇਹ ਰੱਖਣਾ ਤੁਸੀਂ ਇਹ ਅਗਰ ਜਿਹੜਾ ਵੀ ਤੁਸੀਂ ਰੂਟ ਡਰਾ ਕਰਨਾ ਹੈ ਨਾ ਉਹ ਇਸ ਮੈਪ ਦੇ ਮੁਤਾਬਕ ਡਰਾ ਕਰਨਾ ਹੈ Google ਮੈਪ ਦੇ ਮੁਤਾਬਕ ਬਿਲਕੁਲ ਵੀ ਨਹੀਂ ਡਰਾ ਕਰਨਾ ਤੇ ਮੈਂ ਗੱਲ ਇਸ ਤੋਂ ਪਹਿਲੇ ਇਹ ਕਰ ਰਿਹਾ ਸਾਂ ਕਿ ਕੋਈ ਇਲੀਗਲ ਮਨੂਵਰ ਨਹੀਂ ਕਰਨਾ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਇਹ ਦੇਖਣਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਕਾਰਨਰ ਜਿਹੜਾ ਨਾ ਉਹਨੂੰ ਟੱਚ ਨਹੀਂ ਕਰਨਾ ਉਹਨੂੰ ਕੱਟ ਨਹੀਂ ਕਰਨਾ ਜਾਂ ਰਾਉਂਡਬਾਊਟ ਤਾਂ ਬਿਲਕੁਲ ਸਿੱਧਾ ਨਹੀਂ ਹੋ ਜਾਣਾ ਠੀਕ ਹੈ ਐਸੀ ਤਰ੍ਹਾਂ ਜੇ ਕੋਈ ਰਾਉਂਡ ਅਬਾਊਟ ਹੈ ਤੇ ਉਹ ਤੁਹਾਨੂੰ ਪਤਾ ਹੈ ਰਾਉਂਡ ਅਬਾਊਟ ਦੇ ਵਿੱਚ ਯੂਕੇ ਦੇ ਵਿੱਚ ਹਮੇਸ਼ਾ ਕਲਾਕਵਾਈਜ਼ ਤੁਸੀਂ ਜਾਣਾ ਹੈ ਐਂਟੀ ਕਲਾਕਵਾਈਜ਼ ਯੂਰਪ ਦੇ ਵਿੱਚ ਐਂਟੀ ਕਲਾਕਵਾਈਜ਼ ਹੁੰਦਾ ਹੈ ਲੇਕਿਨ ਤੁਸੀਂ ਕਲਾਕਵਾਈਜ਼ ਜਿਹੜਾ ਹੈ ਨਾ ਉਹਦੇ ਤੇ ਮੂਵ ਕਰਨਾ ਹੈ ਇਹ ਵੀ ਤੁਸੀਂ ਗੱਲ ਦੇ ਇਹਨਾਂ ਵਿੱਚ ਰੱਖਣੀ ਹੈ ਕੋਈ ਲਾਈਨ ਜਿਹੜੀ ਹੈ ਨਾ ਆਪਣਾ ਜਿਹੜਾ ਰੂਟ ਹੈ ਉਹ ਇਹਨਾਂ ਮੋਡੀਆਂ ਜਿਹੜੀਆਂ ਸੋਲਿਡ ਲਾਈਨ ਹੈ ਇਹਨਾਂ ਦੇ ਨਾਲ ਤੁਸੀਂ ਟੱਚ ਨਹੀਂ ਕਰਨਾ ਇਸ ਤੋਂ ਇਲਾਵਾ ਇਹ ਦੇਣੀ ਚ ਰੱਖਣਾ ਹੈ ਕਿ ਨਾਲ ਨਾਲ ਲੱਗੇ ਆਂਦੇ مختلف ਰੂਟਸ ਦੇ ਵਿੱਚ مختلف ਹੋਰ ਵੀ ਗੱਲਾਂ ਹੋਣਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ ਕਿ ਅਗਰ ਕੋਈ ਪੈਡੇਸਟਰੀਅਨ ਹੈ ਵੈ ਨਾ ਉਹ ਪੈਡੇਸਟਰੀਅਨ ਕੋਈ ਸਟਰੀਟ ਹੈ ਉਹਨੂੰ ਪਛਾਣਨ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ ਲੇਕਿਨ ਅਗਰ ਕੋਈ ਪੈਡੇਸਟਰੀਅਨ ਸਟਰੀਟ ਆਏਗੀ ਨਾ ਉਹਦੇ ਵਿੱਚ ਹਰਗੇ ਤੁਸੀਂ ਨਹੀਂ ਜਾਣਾ ਕੋਈ ਰਿਸਟ੍ਰਿਕਟਿਡ ਰੂਟ ਹੋਏਗਾ ਨਾ ਸਟਰੀਟ ਉਹਦੇ ਵਿੱਚ ਵੀ ਤੁਸੀਂ ਨਹੀਂ ਜਾਣਾ ਉਹਨੂੰ ਕਿਵੇਂ ਪਛਾਣਨੀ ਦਾ ਇਹ ਅਗਲੀਆਂ ਵੀਡੀਓਜ਼ ਆਣਗੀਆਂ ਤੇ ਮੈਂ ਨਾਲ ਨਾਲ ਸਾਰੀਆਂ ਗੱਲਾਂ ਤੁਸੀ ਤੁਹਾਨੂੰ ਦੱਸਾਂਗਾ ਤੁਸੀਂ ਬਿਲਕੁਲ ਪਰੇਸ਼ਾਨ ਨਹੀਂ ਹੋਣਾ ਠੀਕ ਹੈ ਐਸੀ ਤਰ੍ਹਾਂ ਹੀ ਅਗਰ ਲੋ ਐਮਿਸ਼ਨ ਜ਼ੋਨ ਜ਼ੋਨ ਆ ਜਾਂਦਾ ਵੇ ਜਾਂ ਕੰਜੈਕਸ਼ਨ ਜ਼ੋਨ ਆ ਜਾਂਦਾ ਉਹ ਉਹਨੂੰ ਤੁਸੀਂ ਇਗਨੋਰ ਹੀ ਕਰ ਦਿਓ ਉਹਦਾ ਇਹਨਾਂ ਦੇ ਨਾਲ ਕੋਈ ਤਾਲਕ ਨਹੀਂ ਆਰਾਮ ਦੇ ਨਾਲ ਹੋ ਤੁਸੀਂ ਉਹ ਤੋਂ ਗੁਜ਼ਰ ਜਾਓਗੇ ਲੇਕਿਨ ਉਹਨੂੰ ਪਛਾਣਨ ਦਾ ਕੀ ਤਰੀਕਾ ਹੈ ਉਹ ਉਹਦੇ ਬਾਰੇ ਤੁਸੀਂ ਪਰੇਸ਼ਾਨ ਨਹੀਂ ਹੋਣਾ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਆਰਾਮ ਦੇ ਨਾਲ ਸਮਝਾਵਾਂਗਾ ਅੱਛਾ ਇੱਕ ਹੋਰ ਗੱਲ ਯਾਦ ਰੱਖਣਾ ਕਿ ਜਿਸ ਲਈ ਤੁਸੀਂ ਜਾਣਾ ਹੈ ਤੇ ਪਹਿਲੇ ਵੇਖਣਾ ਹੈ 15 20 ਸੈਕਿੰਡ ਤੁਸੀਂ ਖਿਆਲ ਕਰਨਾ ਹੈ ਕਿ ਮੈਂ ਕਿਧਰੋਂ ਕਿਧਰ ਜਾਵਾਂ ਠੀਕ ਹੈ ਤੇ ਚਲੋ ਹੁਣ ਅਸੀਂ ਇਹ ਬਾਕਾਇਦਾ ਇਹ ਰੂਟ ਜਿਹੜਾ ਹੈ ਨਾ ਇਹਨੂੰ ਡਰਾ ਕਰਦੇ ਆ ਤੇ ਇਹ ਜਿਹੜੀ ਤਸਵੀਰ ਜਿਹੜੀ ਮੇਰੀ ਵੀਡੀਓ ਆ ਰਹੀ ਏ ਇਹਨੂੰ ਮੈਂ ਫੌਰਨ ਹੁਣ ਬੰਦ ਕਰਨ ਲਗਾ ਲਓ ਜੀ ਇਹ ਮੈਂ ਹੁਣ ਬੰਦ ਕਰ ਦਿੱਤੀ ਇਹ ਵੀਡੀਓ ਤੇ ਤੁਹਾਨੂੰ ਸਿਰਫ ਇਹਦੇ ਤੇ ਕਨਸੈਂਟਰੇਟ ਕਰਵਾਨੇ ਆ ਕਿ ਇਹ ਸਾਡਾ ਇਨੀਸ਼ੀਅਲ ਪੁਆਇੰਟ ਸੀ ਇਹਦੇ ਤੋਂ ਅਸੀਂ ਮੁxtਲਿਫ ਰਸਤੇ ਹੈ ਇਚ ਅਗਰ ਜਾਣਾ ਹੈ ਤੇ ਇਹ ਦੇਖੋ ਕਿ ਇਹ ਜਿਹੜੀ ਨਾਲ ਇੱਕ ਚੀਜ਼ ਨਜ਼ਰ ਆ ਰਹੀ ਹੈ ਨਾ ਸੈਗਮੈਂਟਸ ਦੇ ਵਿੱਚ ਠੀਕ ਹੈ ਸੋਲਿਡ ਡੈਸ਼ਡ ਲਾਈਨਸ ਆ ਨੇ ਤੇ ਸੈਗਮੈਂਟਸ ਆ ਨੇ ਇਹ ਨਿਸ਼ਾਨੀ ਹੁੰਦੀ ਹੈ ਟਨਲ ਦੀ ਔਰ ਇਹ ਜਿਹੜੀ ਟਨਲ ਹੈ ਨਾ ਇਹ ਅੰਡਰਗਰਾਉਂਡ ਹੈ ਅਗਰ ਤੁਸੀਂ ਇਸ ਰਾਉਂਡ ਅਬਾਊਟ ਤੋਂ ਅਗਰ ਗੁਜ਼ਰ ਰਹੇ ਹੋਗੇ ਨਾ ਤੇ ਇਹ ਤੁਹਾਨੂੰ ਟਨਲ ਨਜ਼ਰ ਹੀ ਨਹੀਂ ਆਣੀ لہذا ਇਹੋ ਜਿਹਾ ਅਗਰ ਸਿੰਬਲ ਆ ਰਿਹਾ ਹੋਏ ਨਾ ਤੁਹਾਡੇ ਸਾਹਮਣੇ ਇਸ ਤਰ੍ਹਾਂ ਸੈਗਮੈਂਟ ਦੇ ਵਿੱਚ ਔਰ ਨਾਲ ਰਾਉਂਡ ਅਬਾਊਟ ਵੀ ਹੋਏ ਤੇ ਇਹ ਪੱਕੀ ਗੱਲ ਹੈ ਕਿ ਅੰਡਰਗਰਾਉਂਡ ਹੈ ਇਹਨੂੰ ਤੁਸੀਂ ਬਿਲਕੁਲ ਇਗਨੋਰ ਕਰ ਦੇਣਾ ਠੀਕ ਹੈ ਲੋ ਜੀ ਅਸੀਂ ਹੁਣ ਸਟਾਰਟ ਕਰਦੇ ਆ ਸਟਾਰਟ ਕਿੱਥੋਂ ਕਰਨਾ ਹੈ ਇਹ ਗ੍ਰੀਨ ਤੋਂ ਗ੍ਰੀਨ ਤੋਂ ਸਟਾਰਟ ਇਹਨੂੰ ਕਲਿੱਕ ਕਰਨਾ ਹੈ ਤੇ ਇਹ ਇਹਨੂੰ ਬੇਸ਼ਕ ਥੋੜਾ ਹੀ ਨਾ ਅਗਰ ਹੋਰ ਥੋੜਾ ਵੱਡਾ ਕਰਨਾ ਹੈ ਤੇ ਕਰ ਸਕਦੇ ਹੋ ਤੁਸੀਂ ਜਿੰਨਾ ਤੁਸੀਂ ਆਸਾਨੀ ਦੇ ਨਾਲ ਤਾਂ ਕਿ ਕਿਸੇ ਲਾਈਨ ਦੇ ਨਾਲ ਤੁਸੀਂ ਟੱਚ ਨਾ ਕਰੋ ਲਿਆਦਾ ਇਹਨੂੰ ਮੈਂ ਹੁਣ ਇੱਥੋਂ ਸਟਾਰਟ ਕੀਤਾ ਜੇ ਠੀਕ ਹੈ ਐਂ ਐਂ ਜਾਂਦੇ ਜਾਓ ਆਂਦੇ ਜਾਓ ਆਪਣੇ ਆਪ ਨੂੰ ਤੁਸੀਂ ਨਾ ਲੈਫਟ ਸਾਈਡ ਤੇ ਰੱਖਣਾ ਹੈ ਠੀਕ ਹੈ ਲੈਫਟ ਸਾਈਡ ਤੇ ਰੱਖਦੇ ਹੋਇਆ ਇਹ ਹੁਣ ਇੱਥੇ ਤੁਸੀਂ ਕਲਾਕਵਾਈਜ਼ ਜਾਣਾ ਹੈ ਔਰ ਇੱਥੇ ਤਿੰਨ ਜਾਂ ਚਾਰ ਜਾਂ ਪੰਜ ਵਾਰੀ ਕਲਿੱਕ ਲਾਜ਼ਮੀ ਕਰਨਾ ਹੈ ਇਹ ਨਹੀਂ ਕਰਨਾ ਕਿ ਇੱਥੋਂ ਸਿੱਧਾ ਹੀ ਅਦਰ ਹੋ ਜਾਓ ਕਾਰਨਰ ਵੀ ਨਹੀਂ ਕੱਟ ਕਰਨਾ ਰਾਉਂਡਬਾਊਟ ਨੂੰ ਵੀ ਨਹੀਂ ਟੱਚ ਕਰਨਾ ਠੀਕ ਹੈ ਤੇ ਇਹ ਤੁਸੀਂ ਇਹਦੇ ਔਰ ਇਹ ਜਿਹੜੀ ਚੀਜ਼ ਹੈ ਇਹ ਹੁਣ ਮੈਂ ਇਹਨੂੰ ਇਗਨੋਰ ਕਰ ਰਿਹਾ ਹਾਂ ਕਿਉਂ ਨੂੰ ਟਨਲ ਨੂੰ ਇਗਨੋਰ ਕਰ ਰਿਹਾ ਹਾਂ ਟੀਐਫਐਲ ਇਸ ਚੀਜ਼ ਨੂੰ ਚੈੱਕ ਕਰਦਾ ਹੈ ਕਿ ਤੁਸੀਂ ਇੱਥੇ ਤਿੰਨ ਜਾਂ ਚਾਰ ਜਾਂ ਪੰਜ ਵਾਰੀ ਕਲਿੱਕ ਕੀਤਾ ਹੈ ਯਾਨੀ ਤੁਹਾਨੂੰ ਉਸਨੂੰ ਅਸਲ ਵਿੱਚ ਪਤਾ ਹੀ ਚੱਲ ਜਾਂਦਾ ਹੈ ਕਿ ਤੁਹਾਨੂੰ ਪਤਾ ਚੱਲ ਗਿਆ ਕਿ ਇਹ ਰੂਟ ਜਿਹੜਾ ਹੈ ਇਹ ਅਸਲ ਵਿੱਚ ਇਦੇ ਵਿੱਚ ਰਾਉਂਡ ਅਬਾਊਟ ਆ ਰਿਹਾ ਵੀ ਤੇ ਰਾਉਂਡ ਅਬਾਊਟ ਦੀ ਤੁਹਾਨੂੰ ਸਮਝ ਆ ਗਈ ਇਸ ਚੀਜ਼ ਨੂੰ ਲਾਜ਼ਮੀ ਤੌਰ ਤੇ ਚੈੱਕ ਕਰ ਲੈਣ ਲੋ ਜੀ ਹੁਣ ਤੁਸੀਂ ਇੱਥੋਂ ਅੱਗੋਂ ਜਾਣਾ ਆਪਣੇ ਆਪ ਨੂੰ ਲੈਫਟ ਸਾਈਡ ਤੇ ਰੱਖਦੇ ਆਇਆ ਅੱਗੇ ਜਾ ਰਹੇ ਹੋ ਤੇ ਇੱਥੋਂ ਸਿੱਧੇ ਹੀ ਹੋ ਜਾਣਾ ਹੈ ਅੱਛਾ ਸਿੱਧਾ ਕਿਉਂ ਹੋ ਜਾਣਾ ਹੈ ਸਿੱਧਾ ਇਸੇ وجہ ਤੋਂ ਹੋ ਜਾਣਾ ਹੈ ਕਿ ਇਹ ਜਿਹੜਾ ਹੈ ਨਾ ਇੱਥੇ ਤੇ ਬੈਰੀਅਰ ਹੈ ਵੀ ਠੀਕ ਹੈ ਇਹ ਮਸਲਨ ਇਦਰੋਂ ਅਗਰ ਇਦਰੋਂ ਹੀ ਅਗਰ ਰੋਡ ਬੰਦ ਹੈ ਵੀ ਠੀਕ ਹੈ ਮਸਲਨ ਇਦਰੋਂ ਅਗਰ ਹੋ ਉਹ فرض ਕਰ ਲਓ ਨੇ ਇਧਰੋਂ ਵੀ ਇਧਰ ਆ ਰਹੇ ਐਦੀ ਮਿਸਾਲ ਇਸ ਤਰ੍ਹਾਂ ਹੈ ਕਿ ਇਹ ਦੇਖੋ ਨਾ ਅਗਰ ਇੱਥੇ ਵੀ ਇਹੋ ਜੀ ਲਾਈਨ ਹੁੰਦੀ ਨਾ ਇਹਦਾ ਮਤਲਬ ਐ ਸੀ ਕਿ ਇਹ ਬੈਰੀਅਰ ਹੈ ਵੇ ਫਿਰ ਤੁਸੀਂ ਨਹੀਂ ਸੋ ਜਾ ਸਕਦੇ ਲੇਕਿਨ ਇੰਨਾ ਕੋ ਹਿੱਸਾ ਬੈਰੀਅਰ ਨਹੀਂ ਇੱਥੇ ਬੈਰੀਅਰ ਹੈ ਵੇ ਇੱਥੇ ਬੈਰੀਅਰ ਹੈ ਮਗਰ ਇੱਥੇ ਕਿਉਂਕਿ ਬੈਰੀਅਰ ਨਹੀਂ ਤਾਂ ਤੁਸੀਂ ਕੀ ਕੀਤਾ ਤੁਸੀਂ ਤਾਂ ਨਿਕਲ ਗਏ ਅੱਗੇ ਔਰ ਆਪਣੇ ਆਪ ਨੂੰ ਹੁਣ ਦੂਸਰੀ ਰੋਡ ਦੀ ਦੂਸਰੀ ਸਾਈਡ ਤੇ ਜਾ ਕੇ ਤੇ ਆਪਣੇ ਆਪ ਨੂੰ ਲੈਫਟ ਸਾਈਡ ਤੇ ਹੀ ਰੱਖਣਾ ਤੁਸੀਂ ਐ ਜਿਹੇ ਨੇ ਜੀ ਰੱਖਣੀ ਹੈ ਗੱਲ ਠੀਕ ਹੈ ਨਾ ਜਿਸ ਤਰ੍ਹਾਂ ਆਮ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਤੁਸੀਂ ਗੱਡੀ ਚਲਾਉਂਦੇ ਹੋ ਠੀਕ ਹੈ ਹੁਣ ਆਪਣੇ ਆਪ ਨੂੰ ਲੈਫਟ ਸਾਈਡ ਰੱਖਦੇ ਹਾਂ ਆ ਤਾਂ ਫੇਰ ਕਿੱਧਰ ਜਾਣਾ ਹੈ ਹੁਣ ਅਸੀਂ ਇਧਰ ਜਾਣਾ ਹੈ ਅੱਛਾ ਇਧਰ ਕਿਉਂ ਜਾਣਾ ਹੈ ਉਹਦਾ ਤਰੀਕ ਉਹਦੀ ਵਜ੍ਹਾ ਹੈ ਵੇ ਕਿ ਇਹਨੂੰ ਜਰਾ ਨਾ ਤੁਸੀਂ ਜ਼ੂਮ ਇਨ ਕਰਕੇ ਦੇਖੋ ਤੇ ਦੇਖੋ ਕਿ ਸਾਡੀ ਜਿਹੜੀ ਹੈ ਤੇ ਡੈਸਟੀਨੇਸ਼ਨ ਕਿੱਥੇ ਸਾਡੀ ਡੈਸਟੀਨੇਸ਼ਨ ਇਹ ਵੇ ਠੀਕ ਹੈ ਅਸੀਂ ਇਧਰ ਜਾਣਾ ਹੈ ਜ਼ਾਹਿਰੀ ਗੱਲ ਹੈ ਕਿ ਇਹ ਇੱਕ ਸ਼ਾਰਟੈਸਟ ਜਿਆ ਰੂਟ ਹੈ ਤੇ ਇਧਰੋਂ ਅਸੀਂ ਇਧਰ ਜਾਵਾਂਗੇ ਇਸ ਤੋਂ ਬਾਅਦ ਇਧਰ ਤੇ ਨਹੀਂ ਲੇਕਿਨ ਇਹ ਇੱਕ ਇਧਰੋਂ ਨਾ ਟਨਲ ਜਾ ਰਹੀ ਹੈ ਅੰਡਰਗਰਾਉਂਡ ਇਧਰੋਂ ਜਾਂਦੇ ਹਾਂ ਇਧਰ ਤੁਸੀਂ ਬਾਹਰ ਨਿਕਲ ਕੇ ਤੇ ਆਪਣੇ Destination ਤੇ ਪਹੁੰਚ ਜਾਓਗੇ ਬੜਾ ਹੀ ਸਾਦਾ ਜੀ ਗੱਲ ਹੈ ਇਹ ਬੜੇ ਸ਼ਾਰਟੈਸਟ ਰੂਟ ਸੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਆਗਾਜ਼ ਕਰ ਰਹੇ ਹਾਂ ਨਾ ਆਇਸਤਾ ਅੱਗੇ ਜਾਵਾਂਗੇ ਤੇ ਮختلف ਹੋਰ ਵੀਡੀਓਜ਼ ਬਣਾਵਾਂਗਾ ਮੈਂ ਤੇ ਉਹਦੇ ਵਿੱਚ ਜ਼ਰਾ ਥੋੜਾ ਹੀ ਨਾ ਕੰਪਲਿਕੇਟਿਡ ਚੀਜ਼ਾਂ ਵੀ ਨਾਲ-ਨਾਲ ਆਣਗੀਆਂ ਲੇਕਿਨ ਤੁਸੀਂ ਅਗਰ ਧਿਆਨ ਨਾਲ ਤੇ ਤਵਜੂਹ ਦੇ ਨਾਲ ਚੀਜ਼ਾਂ ਦੇਖੋਗੇ ਤੇ ਇੱਕ ਇੱਕ ਗੱਲ ਤੁਹਾਨੂੰ ਬੜੀ ਆਸਾਨੀ ਦੇ ਨਾਲ ਸਮਝ ਆ ਜਾਏਗੀ ਹੁਣ ਜ਼ਰਾ ਚੈੱਕ ਕਰੋ ਇਹਨੂੰ ਤੁਸੀਂ ਅੱਗੇ ਆਪਣੇ ਉਹਨੂੰ ਫੇਰ ਲੈਫਟ ਸਾਈਡ ਤੇ ਹੀ ਰੱਖਣਾ ਹੈ ਰਾਈਟ ਸਾਈਡ ਤੇ ਨਹੀਂ ਰੱਖਣਾ ਠੀਕ ਹੈ ਇਸ ਤਰ੍ਹਾਂ ਹੀ ਅੱਗੇ ਤੁਸੀਂ ਜਾ ਰਹੇ ਹੋ ਤੇ ਹੁਣ ਦੇਖੋ ਨਾ ਇੱਕ ਇਹ ਰਸਤਾ ਜਾਂਦਾ ਐਧਰੋਂ ਨਹੀਂ ਤੁਸੀਂ ਜਾਣਾ ਬਲਕਿ ਉਹ ਜਿਹੜਾ ਨਜ਼ਰ ਆ ਰਿਹਾ ਰਸਤਾ ਜਿਹੜਾ ਤੁਸੀਂ ਪਹਿਲੇ ਅੰਦਾਜ਼ਾ ਕਰ ਲਿਆ ਹੋਇਆ ਕਿ ਕਿੱਧਰੋਂ ਜਾਣਾ ਹੈ ਉਧਰੋਂ ਜਾਣਾ ਠੀਕ ਹੈ ਹੁਣ ਇਹਨੂੰ ਜਰਾ ਥੱਲੇ ਕਰ ਲਓ ਇੱਕ ਹੋਰ ਗੱਲ ਯਾਦ ਰੱਖੋ ਕਿ ਜਿਸ ਵੇਲੇ ਤੁਸੀਂ ਵਨ ਵੇ ਵਿੱਚ ਜਾਣਾ ਹੈ ਨਾ ਤੇ ਵਨ ਵੇ ਦੇ ਵਿੱਚ ਬੇਸ਼ੱਕ ਤੁਸੀਂ ਆਪਣੇ ਆਪ ਨੂੰ ਲੈਫਟ ਸਾਈਡ ਤੇ ਨਾ ਰੱਖੋ ਉੱਥੇ ਤੁਸੀਂ ਅਗਰ ਦਰਮਿਆਨ ਵਿੱਚ ਵੀ ਰੱਖ ਲੋਗੇ ਨਾ ਤੇ ਕੋਈ ਹਰਜ ਨਹੀਂ ਉਹਦੀ ਵਜ੍ਹਾ ਵਜ੍ਹਾ ਹੈ ਵੇ ਕਿ ਦੂਜੀ ਸਾਈਡ ਤੋਂ ਤੇ ਆ ਹੀ ਨਹੀਂ ਰਹੀ ਟ੍ਰੈਫਿਕ ਠੀਕ ਹੈ ਤੇ ਉੱਥੇ ਹੈ ਹੀ ਵਨਵੇ ਰੋਡ ਤੇ ਜਦੋਂ ਆਮ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਇੰਝ ਹੀ ਕਰਦੇ ਹੋ ਨਾ ਕਿ ਅਗਰ ਵਨਵੇ ਰੋਡ ਹੈ ਤੇ ਸਿੱਧਾ ਦਰਮਿਆਨ ਵਿੱਚ ਚਲੇ ਜਾਓ ਕਿਉਂਕਿ ਦੂਸਰੀ ਸਾਈਡ ਤੋਂ ਆ ਆਉਣ ਵਾਲੀ ਟ੍ਰੈਫਿਕ ਦਾ ਕੋਈ ਡਰ ਨਹੀਂ ਹੁੰਦਾ ਸੇਮ ਉਸੂਲ ਇੱਥੇ ਵੀ ਆਵੇ ਠੀਕ ਹੈ ਇਹ ਦੇਖੋ ਹੁਣ ਇਹ ਵਨਵੇ ਹੈ ਨਾ ਤੇ ਇਹ ਤੁਸੀਂ ਬਿਲਕੁਲ ਬੇਸ਼ੱਕ ਤੁਸੀਂ ਇੰਝ ਕਰੋ ਕਿ ਇੱਥੇ ਕਲਿੱਕ ਕਰੋ ਤੇ ਬੇਸ਼ੱਕ ਇੱਥੇ ਦਰਮਿਆਨ ਦੇ ਵਿੱਚ ਤੁਸੀਂ ਚਲੇ ਜਾਓ ਕੋਈ ਮਸਲਾ ਨਹੀਂ ਠੀਕ ਹੈ ਇੱਥੋਂ ਹੁਣ ਤੁਸੀਂ ਬਾਹਰ ਆਗੇ ਬਾਹਰ ਆ ਕੇ ਤੁਸੀਂ ਆਪਣੇ ਆਪ ਨੂੰ ਨਾ ਲੈਫਟ ਸਾਈਡ ਤੇ ਹੀ ਰੱਖਣਾ ਹੈ ਠੀਕ ਹੈ ਐਸੇ ਤਾਂ ਨਹੀਂ ਐ ਲੈਫਟ ਸਾਈਡ ਤੇ ਰੱਖਿਆ ਲੈਫਟ ਸਾਈਡ ਤੇ ਰੱਖ ਕੇ ਤੇ ਐ ਤੇ ਇਹ ਦੇਖੋ ਇਸ ਤੋਂ ਬਾਅਦ ਤੁਸੀਂ ਇੱਧਰ ਹੋ ਜਾਣਾ ਤੇ ਐ ਇਸ ਨੂੰ ਕਲਿੱਕ ਕਰ ਲਓ ਠੀਕ ਹੈ ਐ ਤੁਸੀਂ ਕਲਿੱਕ ਕਰ ਲਿਆ ਲਿਹਾਜ਼ਾ ਇਹ ਆਖਰੀ ਜਿਹੜੀ ਡੈਸਟੀਨੇਸ਼ਨ ਹੈ ਇਹਨੂੰ ਵੀ ਕਲਿੱਕ ਕਰਨਾ ਬਹੁਤ ਜ਼ਰੂਰੀ ਹੈ ਇਹਨੂੰ ਟੱਚ ਕਰਨਾ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਟੱਚ ਨਹੀਂ ਨਾ ਕਰੋਗੇ ਤਾਂ ਕੁਝ ਮਾਸ ਤੁਹਾਡੇ ਕੱਟੇ ਜਾਣਗੇ ਤੇ ਇਹ ਦੇਖੋ ਹੁਣ ਇਹ ਜਿਹੜਾ ਸਾਡਾ ਰੂਟ ਬਣਿਆ ਹੈ ਇਹ ਇੱਕ ਸ਼ਾਰਟੈਸਟ ਰੂਟ ਹੈ ਵੇ ਇਸ ਤੋਂ ਘੱਟ ਫਾਸਲੇ ਵਾਲਾ ਰੂਟ ਮੇਰੇ ਖਿਆਲ ਦੇ ਮੁਤਾਬਕ ਪੋਸੀਬਲ ਨਹੀਂ ਸੀਗਾ ਲਿਆਦਾ ਤੁਸੀਂ ਬਣਾ ਲਿਆ ਵੇ ਠੀਕ ਹੈ ਇਸ ਤਰ੍ਹਾਂ ਹੀ ਅਸੀਂ ਹੋਰ ਕਈ ਰੂਟ ਬਣਾਵਾਂਗੇ ਤੇ ਤੁਸੀਂ ਫਾਲੋ ਕਰੋ ਇਹਨਾਂ ਵੀਡੀਓਜ਼ ਨੂੰ ਤੇ ਤੁਹਾਨੂੰ ਇਨਸ਼ਾਅੱਲਾ ਸਮਝਣ ਵਿੱਚ ਬੜੀ ਆਸਾਨੀ ਹੋਏਗੀ ਇੱਕ ਗੱਲ ਮੈਂ ਫੇਰ ਦੱਸਾਂ ਕਿ ਇਹਨਾਂ ਰੂਟਸ ਦਾ Google routes ਦੇ ਨਾਲ ਕੋਈ تعلق ਨਹੀਂ ਅਗਰ ਇਹਨੂੰ ਤੁਸੀਂ ਹੁਣ ਚੈੱਕ ਕਰੋ Google ਦੇ ਨਾਲ ਤੇ ਬਹੁਤ ਸਾਰੇ ਰੂਟ ਚੈੱਕ ਤੇ ਹੋ ਜਾਣਗੇ ਲੇਕਿਨ ਸਾਰੇ ਰੂਟ ਇਹਦੇ ਵਾਲੇ Google ਦੇ ਮੈਪ ਦੇ ਨਾਲ ਚੈੱਕ ਨਹੀਂ ਹੋ ਸਕਦੇ ਕਿਉਂਕਿ ਇਹ ਦੇ ਵਿੱਚ ਕਈ ਚੀਜ਼ਾਂ ਮਸਲ ਇਹ ਜਿਹੜਾ ਹੈਵੇ ਮੈਪ ਐ 2018 ਦਾ ਤੁਸੀਂ ਦੇਖੋਗੇ 2020 ਵਾਲਾ ਜਿਹੜਾ ਮੈਪ ਹੈ ਵੇ ਉਹ ਐਸ ਤੋਂ ਥੋੜਾ ਜਨਾ ਮੁxtਲਫ ਹੈ ਉਹਦੇ ਚ ਕਈ ਜਗ੍ਹਾ ਤੇ ਰਸਤੇ ਉਹਨਾਂ ਨੇ ਬਲੌਕ ਕੀਤੇ ਹੋਏ ਨੇ ਠੀਕ ਹੈ ਤੇ ਤੁਸੀਂ ਇਹਨਾਂ ਦੇ ਮੁਤਾਬਕ ਜਾਣਾ Google Map ਦਾ ਇਹਦੇ ਨਾਲ ਕੋਈ ਤਾਲਕ ਨਹੀਂ ਇਹ ਗੱਲ ਤੁਸੀਂ ਪੱਲੇ ਬੰਨ ਲਓ ਠੀਕ ਹੈ ਜੀ ਫਿਰ ਇਨਸ਼ਾਅੱਲਾ ਤਰਨ ਨਾਲ ਗੱਲਬਾਤ ਹੋਏਗੀ ਤੇ ਰੱਬ ਰੱਖਾ ਆਪਣਾ ਖਿਆਲ ਰੱਖਿਆ ਜੇ ਕੋਈ ਮਸਲਾ ਹੋਏ ਤੇ ਕਮੈਂਟਸ ਕਰਕੇ ਤੁਸੀਂ ਦੱਸ ਸਕਦੇ ਹੋ ਬਹੁਤ ਸ਼ੁਕਰੀਆ